ਮੋਗਾ ਦੇ ਜ਼ਿਲ੍ਹਾ ਪੁਲਿਸ ਮੁਖੀ ਰਾਜਜੀਤ ਸਿੰਘ ਵੱਲੋਂ ਜ਼ਿਲ੍ਹੇ ਅੰਦਰ ਗਲਤ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ CIA ਸਟਾਫ ਮੋਗਾ ਨੇ ਗੁਪਤ ਸੂਚਨਾ ਦੇ ਆਧਾਰ ਤੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕੀਤਾ ਹੈ। ਕਾਬੂ ਕੀਤੇ ਦੋਸ਼ੀ ਗੱਡੀਆਂ ਚੋਰੀ ਕਰਕੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਗੱਡੀਆਂ ਵੇਚਣ ਦਾ ਧੰਦਾ ਕਰਦੇ ਸਨ। ਪੁਲਿਸ ਨੇ ਦੋਸ਼ੀਆਂ ਕੋਲੋਂ ਚੋਰੀ ਦੀਆਂ 4 ਗੱਡੀਆਂ, 1 ਪਿਸਟਲ, 32 ਬੋਰ, 6 ਜਿੰਦਾ ਕਾਰਤੂਸ, 1 ਮੋਟਰਸਾਈਕਲ ਤੋਂ ਇਲਾਵਾ ਨਸ਼ੀਲਾ ਪਾਊਡਰ ਵੀ ਬਰਾਮਦ ਕੀਤਾ ਹੈ। ਮੋਗਾ ਪੁਲਿਸ ਨੂੰ CIA ਸਟਾਫ ਉਸ ਟਾਈਮ ਭਾਰੀ ਸਫਲਤਾ ਮਿਲੀ ਹੈ ਜਦੋਂ 4 ਬੰਦਿਆਂ ਨੂੰ ਅਰੈਸਟ ਕੀਤਾ ਗਿਆ, ਜਿਹਦੇ ਵਿੱਚ ਬਲਦੀਪ ਸਿੰਘ ਕੰਬਾ, ਜਸਵਿੰਦਰ ਸਿੰਘ ਸੋਨੀ, ਗੁਰਮੀਤ ਸਿੰਘ ਅਤੇ ਕਰਮਜੀਤ ਸਿੰਘ। 4 ਬੰਦਿਆਂ ਦੇ ਬਾਰੇ ਸਪੈਸ਼ਲ ਟਿਪ ਆਫ ਮਿਲਣ 'ਤੇ ਇੰਚਾਰਜ CIA ਫਿਕਰ ਸਿੰਘ ਨੇ ਨਾਕਾਬੰਦੀ ਕੀਤੀ, ਜਿਸ ਦੌਰਾਨ ਇਹਨਾਂ ਨੂੰ 2 ਕਾਰਾਂ ਸਮੇਤ ਜਿਹੜੀਆਂ ਕਿ ਸਨੈਚ ਕੀਤੀਆਂ ਹੋਈਆਂ ਸੀਗੀਆਂ ਅਰੈਸਟ ਕੀਤਾ ਗਿਆ ਅਤੇ ਇਹਨਾਂ ਤੋਂ 500 ਗ੍ਰਾਮ ਜਿਹੜਾ ਨਸ਼ੀਲਾ ਪਾਊਡਰ, 1 ਪਿਸਟਲ, 32 ਬੋਰ, 6 ਰਾਊਂਡ ਇਹਨਾਂ ਤੋਂ ਬਰਾਮਦ ਕੀਤੇ ਗਏ। ਉਸ ਤੋਂ ਬਾਅਦ ਇਹਨਾਂ ਤੋਂ ਅਗਲੀ ਪੁੱਛਗਿੱਛ ਤੋਂ ਇਹਨਾਂ ਤੋਂ 2 ਹੋਰ ਕਾਰਾਂ ਵਰਨਾ ਅਤੇ ਹੌਂਡਾ ਅਮੇਜ ਇਹ ਵੀ ਰਿਕਵਰ ਕੀਤੀਆਂ ਗਈਆਂ। ਇੱਕ ਮੋਟਰਸਾਈਕਲ ਕੰਟੇਨਰ ਜਿਹਦੇ ਉੱਤੇ ਕਿ ਵਾਰਦਾਤਾਂ ਕਰਦੇ ਸਨ ਉਹ ਰਿਕਵਰ ਕੀਤਾ ਗਿਆ ਅਤੇ ਇਹਨਾਂ ਦੀ ਜਿਹੜੀ ਮੋਡਸ ਪਰੈਂਡੀ ਸੀ ਕਿ ਮੋਟਰਸਾਈਕਲ ਦੇ ਉੱਤੇ ਜਾਂ ਕਾਰ ਦੇ ਉੱਤੇ ਕੋਈ ਹੋਈ ਨੂੰ ਵਰਤ ਕੇ ਗੱਡੀ ਸਨੈਚ ਕਰਦੇ ਹਨ ਪਿਸਟਲ ਪੁਆਇੰਟ ਦੇ ਵਿੱਚ ਉੱਤੇ। ਇਹਦੇ ਵਿੱਚ ਇੱਕ ਵਰਨਾ ਕਾਰ ਸਭ ਤੋਂ ਪਹਿਲਾਂ ਇਹਨਾਂ ਨੇ ਪੁਰਾਣੇ ਫਿਰੋਜ਼ਪੁਰ ਰੋਡ ਤੋਂ ਸਨੈਚ ਕੀਤੀ ਸੀ। ਉਸ ਤੋਂ ਬਾਅਦ ਇਹਨਾਂ ਨੇ ਇੱਕ ਬ੍ਰਿਜ਼ਾ ਕਾਰ ਜਿਹੜੀ ਹੈ ਉਹ ਟੀਸੇ ਕਾਲ ਜਲਾਲਾਬਾਦ ਰੋਡ ਤੋਂ ਸਨੈਚ ਕੀਤੀ ਸੀ। ਉਹਦੇ ਵਿੱਚ ਕਾਰ ਚਾਲਕ ਨੂੰ ਗੋਲੀ ਵੀ ਮਾਰੀ ਸੀ, ਉਹਨੂੰ ਇੰਜਰ ਕੀਤਾ ਸੀਗਾ। ਉਸ ਤੋਂ ਬਾਅਦ ਇੱਕ ਸਵਿਫਟ ਡਿਜ਼ਾਇਰ ਕਾਰ ਅੰਮ੍ਰਿਤਸਰ ਰੋਡ ਤੋਂ ਸਨੈਚ ਕੀਤੀ ਸੀ ਪਿਸਟਲ ਪੁਆਇੰਟ 'ਤੇ। ਫਿਰ ਇੱਕ ਹੌਂਡਾ ਅਮੇਜ਼ ਇਹ ਜਿਹੜੀ ਹੈ ਮੁਦਕੀ ਦੇ ਕੋਲੋਂ ਫਿਰੋਜ਼ਪੁਰ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚੋਂ ਸਨੈਚ ਕੀਤੀ ਗਈ। ਇਸ ਤੋਂ ਇਲਾਵਾ ਇਹਨਾਂ ਨੇ ਮੰਨਿਆ ਕਿ ਇਹਨਾਂ ਨੇ ਕੋਟ ਈਸੇ ਕਾਂ ਥਾਣੇ ਦੇ ਏਰੀਏ ਦੇ ਵਿੱਚ ਅਤੇ ਜੀਰਾ ਏਰੀਆ ਦੇ ਵਿੱਚੋਂ ਨਕਦੀ ਦੀਆਂ ਕੋਹਾਂ ਵੀ ਕੀਤੀਆਂ ਸੀ, ਉਹ ਵੀ ਜਿਹੜੇ ਕੇਸਿਸ ਜਾਂ ਟਰੇਸ ਹੋਏ ਨੇ। ਇਸ ਤੋਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਕਾਫੀ ਕੇਸਿਸ ਨੇ ਵੱਖ ਵੱਖ ਮੁਲਜ਼ਮਾਂ ਦੇ ਖਿਲਾਫ। ਇਹਦੇ ਵਿੱਚ ਜਿਹੜਾ ਗੁਰਦੀਪ ਸਿੰਘ ਆ ਉਹਦੇ ਖਿਲਾਫ 5 ਮੁਕਦਮੇ ਪਹਿਲਾਂ ਦਰਜ ਨੇ, ਗੁਰਮੀਤ ਸਿੰਘ ਦੇ ਖਿਲਾਫ 9 ਕੇਸ ਪਹਿਲਾਂ ਰਜਿਸਟਰਡ ਨੇ, ਕਰਮਜੀਤ ਦੇ ਖਿਲਾਫ 2 ਕੇਸ ਰਜਿਸਟਰਡ ਨੇ, ਜਿਹਦੇ ਵਿੱਚ ਕਾਫੀ ਕੇਸ ਜਿਹੜੇ NDPS ਐਕਟ ਦੇ ਨੇ। ਔਰ ਇਹ ਗੱਡੀਆਂ ਸਨੈਚ ਕਰਨ ਤੋਂ ਬਾਅਦ ਇਹਨਾਂ ਨੂੰ ਜਾਅਲੀ ਨੰਬਰ ਲਾ ਕੇ ਇਹਨਾਂ ਦੇ ਉੱਤੇ ਸਮਗਲਿੰਗ ਦਾ ਕੰਮ ਵੀ ਕਰਦੇ ਸੀ ਔਰ ਇਹ ਗੱਡੀ ਸਨੈਚ ਕੀਤੀਆਂ ਹੋਈਆਂ ਗੱਡੀਆਂ ਅੱਗੇ ਸੈਲ ਆਫ ਕਰ ਦਿੰਦੇ ਸਨ। ਇਹਨਾਂ ਦੇ ਹੋਰ ਵੀ ਕੋਈ ਸਾਥੀ ਹੈਗੇ ਆ ਇਤਿਹਾਸਿਕ? ਇਹਨਾਂ ਦੀ ਪੁੱਛਗਿੱਛ ਜਾਰੀ ਹੈ ਔਰ ਉਮੀਦ ਸਾਨੂੰ ਹੋਰ ਟਰੇਸ ਹੋਣ ਦੀ ਉਮੀਦ ਹੈ ਕਿ ਹੋਰ ਵੀ ਕੇਸਿਸ ਟਰੇਸ ਹੋਣਗੇ, ਪਲੱਸ ਇਹਨਾਂ ਦੇ ਨਾਲ ਇਨਵੋਲਵਮੈਂਟ ਵਾਲੇ ਹੋਰ ਬੰਦਿਆਂ ਦੇ ਬਾਰੇ ਵੀ ਪਤਾ ਲੱਗੇਗਾ। ਇਹਨਾਂ ਨੂੰ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਹੈ।